ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਸ਼ੇਖ ਫਰੀਦ ਜੀ ਦੇ ਗੁਰਦੁਆਰਾ ਸਾਹਿਬ ਗੋਦੜੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਜਾਣਾਂਗੇ ਉੱਥੋਂ ਦਾ ਇਤਿਹਾਸ ਵਿਸਥਾਰ ਸਹਿਤ। ਚਲੋ ਆਓ ਦਰਸ਼ਨ ਕਰਦੇ ਹਾਂ ਅਤੇ ਪਹੁੰਚਦੇ ਹਾਂ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਦੀ ਕਰ ਚਾਕਰੀ, ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਨ। ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਨ। ਡਰਵੇ ਸਾਨੂੰ ਲੋੜੀ ਹੈ ਖਰੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਭਾਗ ਇੱਕ। ਕਹਿੰਦੇ ਹਨ ਕਿ ਜਦੋਂ ਬਾਬਾ ਫਰੀਦ, ਬਾਬਾ ਸ਼ੇਖ ਫਰੀਦ ਦਿੱਲੀ ਤੋਂ ਪਾਕਪਟਨ ਨੂੰ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਉਹ ਮੋਕਲਹਾਰ, ਜਿਸ ਦਾ ਕਿ ਨਾਂ ਹੁਣ ਫਰੀਦਕੋਟ ਹੈ, ਵਿਖੇ ਗੋਦੜੀ ਸਾਹਿਬ ਗੁਰਦੁਆਰਾ ਜਿੱਥੇ ਮੌਜੂਦ ਹੈ, ਇੱਥੇ ਇੱਕ ਤਲਾਅ ਜਿਹੜਾ ਕਿ ਹੁਣ ਸੁੰਦਰ ਸਰੋਵਰ ਬਣਿਆ ਹੈ, ਉਸ 'ਤੇ ਕੰਢੇ ਰੁਕੇ ਸਨ। ਦੱਸਦੇ ਹਨ ਕਿ ਉਹਨਾਂ ਦੇ ਨਾਲ ਉਹਨਾਂ ਦੀ ਗੋਦੜੀ ਸੀ। ਗੋਦੜੀ ਉਹ ਪਵਿੱਤਰ ਚਾਦਰ ਜਾਂ ਉਹ ਦਰੀ ਹੁੰਦੀ ਹੈ ਜਿਸ ਦੇ ਉੱਤੇ ਮੁਸਲਮਾਨ ਫਕੀਰ ਭਗਤੀ ਕਰਦੇ ਹਨ, ਅਤੇ ਇਹ ਗੋਦੜੀ ਉਹਨਾਂ ਦੇ ਗੁਰੂ ਵੱਲੋਂ ਉਹਨਾਂ ਨੂੰ ਭੇਟਾ ਕੀਤੀ ਗਈ ਸੀ। ਜਦੋਂ ਸ਼ੇਖ ਫਰੀਦ ਜੀ ਗੋਦੜੀ ਸਾਹਿਬ ਵਿਖੇ ਪਹੁੰਚੇ ਤਾਂ ਉਹ ਗੋਦੜੀ ਉੱਥੇ ਛੱਡ ਕੇ ਮੋਕਲਹਰ, ਜਿਸ ਦਾ ਕਿ ਮੌਜੂਦਾ ਨਾਂ ਫਰੀਦਕੋਟ ਹੈ, ਵਿਖੇ ਗਏ, ਕਿਉਂਕਿ ਮੋਕਲਹਰ ਦੇ ਵਿੱਚ ਬਾਜ਼ਾਰ ਸੀ ਜਿੱਥੇ ਕਿ ਜ਼ਰੂਰੀ ਲੋੜਵੰਦ ਚੀਜ਼ਾਂ ਜਿਹੜੀਆਂ ਮਿਲਦੀਆਂ ਸਨ। ਇਸ ਲਈ ਉਹ ਗਏ ਤਾਂ ਉਸ ਟਾਈਮ 'ਤੇ ਜਦੋਂ ਵਾਪਸ ਉੱਥੇ ਆਏ ਤਾਂ ਕੁਝ ਚਰਵਾਹੇ ਉੱਥੇ ਮੱਝਾਂ ਚਰਾ ਰਹੇ ਸਨ ਅਤੇ ਬੱਚੇ ਜਿਹੜੇ ਸੀ ਉਹ ਗੋਦੜੀ ਦੇ ਨਾਲ ਖੇਡ ਰਹੇ ਸਨ, ਉਹਦਾ ਫੁੱਟਬਾਲ ਬਣਾ ਕੇ। ਇਹ ਦੇਖ ਕੇ ਬਾਬਾ ਫਰੀਦ ਜੀ ਦੇ ਮਨ 'ਤੇ ਬਹੁਤ ਡੂੰਘਾ ਪ੍ਰਭਾਵ ਪਿਆ ਔਰ ਪਛਤਾਪ ਹੋਇਆ ਕਿ ਮੇਰੇ ਗੁਰੂ ਜੀ ਦੁਆਰਾ ਦਿੱਤੀ ਹੋਈ ਗੋਦੜੀ ਦੀ ਬੇਅਦਬੀ ਹੋਈ ਹੈ। ਇਸ ਪਛਤਾਪ ਦੇ ਵਜੋਂ ਉਹਨਾਂ ਨੇ 40 ਦਿਨ ਇੱਥੇ ਭਗਤੀ ਕੀਤੀ, ਜਿਹੜੇ ਕਿ ਇੱਕ ਬੇਰੀ ਦੇ ਰੁੱਖ ਥੱਲੇ, ਜੋ ਕਿ ਬੇਰੀ ਅੱਜ ਵੀ ਮੌਜੂਦ ਹੈ, ਔਰ ਉਸ ਸਮੇਂ ਉਹ ਦੀ ਉਹ ਗੋਦੜੀ ਅੱਜ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ। ਸੋ ਸ਼ੇਖ ਫਰੀਦ ਨਾਲ ਸੰਬੰਧਿਤ ਇਹ ਬੜਾ ਹੀ ਪਵਿੱਤਰ ਗੁਰਦੁਆਰਾ ਗੋਦੜੀ ਸਾਹਿਬ ਜ਼ਿਲ੍ਹਾ ਫਰੀਦਕੋਟ ਵਿਖੇ ਮੌਜੂਦ ਹੈ, ਜੋ ਕਿ ਅੰਮ੍ਰਿਤਸਰ ਤੋਂ ਲਗਭਗ 135 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਛਪੜੀ ਜਿਸ ਦੇ ਕੰਢੇ 'ਤੇ ਇਹ ਗੁਰਦੁਆਰਾ ਸਾਹਿਬ ਮੌਜੂਦ ਹੈ, ਹੁਣ ਉੱਥੇ ਸੁੰਦਰ ਸਰੋਵਰ ਹੈ। ਇਸ ਸੁੰਦਰ ਸਰੋਵਰ ਦੀ ਸੇਵਾ ਸੰਤ ਤੀਰਥ ਸਿੰਘ ਜੀ ਨੇ ਨਿਭਾਈ, ਜਿਸ ਵਿੱਚ ਕਿ ਗੰਗਾ, ਗੋਦਾਵਰੀ, ਜਮਨਾ ਤਿੰਨ ਨਦੀਆਂ ਦਾ ਜਲ ਅਤੇ ਅਰਬ ਦੇਸ਼ ਦੇ ਚਸ਼ਮੇ ਜਮਜਮ ਤੋਂ ਜਲ ਲਿਆ ਕੇ ਇਸ ਸਰੋਵਰ 'ਚ ਪਾਇਆ ਗਿਆ,
ਔਰ ਇਸ ਇੱਕ ਸੁੰਦਰ ਸਰੋਵਰ ਦਾ ਨਿਰਮਾਣ ਸੰਤਾਂ ਦੁਆਰਾ ਕਰਾਇਆ ਗਿਆ। ਆਓ ਸਾਧ ਸੰਗਤ ਜੀ, ਹੁਣ ਅਸੀਂ ਦਰਸ਼ਨ ਕਰਦੇ ਹਾਂ ਉਸ ਗੋਦੜੀ ਦੇ ਅਤੇ ਉਸ ਬੇਰੀ ਦੇ ਦਰਖਤ ਦੇ ਜਿਸ ਥੱਲੇ ਬੈਠ ਕੇ ਬਾਬਾ ਫਰੀਦ ਜੀ ਨੇ 40 ਦਿਨ ਪਸ਼ਚਾਤਾਪ ਕੀਤਾ ਸੀ। ਸੋ ਤੁਸੀਂ ਦਰਸ਼ਨ ਕਰ ਰਹੇ ਹੋ ਗੋਦੜੀ ਅਤੇ ਉਸ ਬੇਰੀ ਦੇ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ, ਇਹ ਵੀਡੀਓ ਪਸੰਦ ਆਈ ਹੋਏਗੀ। ਜੇਕਰ ਕੋਈ ਵੀ ਇਸ ਭੁੱਲਾ ਚੁੱਕਾ ਹੋ ਗਿਆ ਨੇ ਬੋਲਦਿਆਂ, ਤਾਂ ਇਸ ਲਈ ਦਾਸ ਮਾਫੀ ਚਾਹੁੰਦਾ ਹੈ, ਕਿਉਂਕਿ ਕਈ ਗਲਤੀਆਂ ਹੋ ਜਾਂਦੀਆਂ ਹਨ। ਸੋ ਤੁਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਖੋਜ ਭਰਪੂਰ ਜਾਣਕਾਰੀ ਲੈਣ ਦੇ ਲਈ ਮੇਰੇ ਯੂਟਿਊਬ ਚੈਨਲ ਸੁਖਪਾਲ ਸਿੰਘ ਸੰਧੂ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।